ਜਿਹੜਾ ਫੁੱਟਫਾਲ ਹੈ ਕਾਫੀ ਨੰਬਰ ਤੇ ਕਾਫੀ ਤਾਦਾਦ ਚ ਕਿਸਾਨ ਵੀ ਰਾਏ ਨੇ ਤੇ ਦੋਨੋਂ ਹਿੱਸਿਆਂ ਜਿਹੜੇ ਮੇਲੇ ਹੈ ਉਹਨਾਂ ਦੀ ਰੌਣਕ ਤੁਸੀਂ ਦੇਖ ਹੀ ਰਹੋ ਕਿ ਬੜੀ ਚੰਗੀ ਲੱਗੀ ਹੋਈ ਹੈ ਤੇ ਇਹਦੇ ਵਿੱਚ ਮੈਂ ਹੁਣੇ ਇੱਥੇ ਖੜਿਆ ਸੀ। ਲਿਟਰੇਚਰ ਵੀ ਬੜਾ ਜਿਹੜੀ ਕਿਤਾਬਾਂ ਰਿਸਾਲੇ ਜਿਹੜੇ ਬਣਾਏ ਹੋਏ ਹੈ ਉਹਨਾਂ ਦੀ ਕਾਫੀ ਵਿਕਰੀ ਹੋ ਗਈ। ਤੋ ਇਹ ਮੇਲਿਆਂ ਦੇ ਰਾਹੀਂ ਜਿਹੜੇ ਕਿਸਾਨ ਵੀਰ ਹੈ ਉਹ ਸਿੱਖਦੇ ਹੈ ਨਈ ਨਈ ਤਕਨੀਕ ਆਪਣੇ ਪਸ਼ੂ ਪਾਲਣ ਨੂੰ ਖੇਤੀਬਾੜੀ ਨੂੰ ਕਿਵੇਂ ਉਹਨੂੰ ਲਾਹੇਵੰਦ ਬਣਾਉਣਾ ਹੈਗਾ ਅਤੇ ਇੱਥੇ ਗਿਆਨ ਲੈਣ ਆਉਂਦੇ ਨੇ ਅਤੇ ਗਿਆਨ ਲੈ ਕੇ ਜਾਂਦੇ ਨੇ। ਉਹਦੇ ਨਾਲ ਨਾ ਤਾਂ ਉਹਨਾਂ ਦਾ ਨੁਕਸਾਨ ਹੁੰਦਾ, ਜਿਹੜਾ ਨੁਕਸਾਨ ਹੋਣ ਵਾਲਾ ਹੁੰਦਾ ਹੈ ਉਹ ਬਚਾਓ ਕਰ ਸਕਦੇ ਨੇ ਅਤੇ ਉਹਨੂੰ ਹੋਰ ਲਾਹੇਵੰਦ ਬਣਾ ਸਕਦੇ। ਸਰ ਬਹੁਤ ਸਾਰੇ ਸਹਾਇਕ ਧੰਦੇ ਹੈਗੇ ਆ ਕਿਸਾਨੀ ਦੇ ਨਾਲ, ਜਿਹੜੇ ਕਿਸਾਨ ਕਰਦੇ ਨੇ ਆਪਣੀ ਆਮਦਨ ਕਮਾਉਂਦੇ ਨੇ, ਭਾਵੇਂ ਉਹ ਮੱਛੀ ਪਾਲਣ ਹੈ, ਝੀਂਗਾ ਪਾਲਣ ਹੈ, ਬਹੁਤ ਸਾਰੇ ਕਿੱਤੇ ਨੇ। ਤੋਂ ਲੱਗਦਾ ਵੀ ਇੱਥੋਂ ਕਿਸਾਨ ਜਾਣਕਾਰੀ ਲੈਣਗੇ ਅਤੇ ਇਸ ਬਾਰੇ ਹੋਰ ਅੱਗੇ। ਬਿਲਕੁਲ, ਜਾਣਕਾਰੀ ਦੇ ਬਿਨਾਂ ਤੋਂ ਕੋਈ ਵੀ ਕਿੱਤਾ ਤੁਸੀਂ ਕਰੋ ਤੁਸੀਂ ਫੇਲ ਹੋ। ਇਸ ਲਈ ਬੜਾ ਲੋੜਵੰਦ ਹੈ ਕਿ ਤੁਸੀਂ ਜਾਣਕਾਰੀ ਲਓ, ਮੇਲੇ 'ਚ ਆਓ, ਤੁਹਾਨੂੰ ਉਸ ਤੋਂ ਜਾਗਰੂਕਤਾ ਹੁੰਦੀ। ਜਾਣਕਾਰੀ ਇੰਨੀ ਨਹੀਂ ਮਿਲਦੀ ਮੇਲੇ 'ਚ, ਪਹਿਲਾਂ ਇੱਥੋਂ ਜਾਗਰੂਕਤਾ ਕਰਕੇ ਫਿਰ ਤੁਸੀਂ ਟ੍ਰੇਨਿੰਗ 'ਚ ਹਿੱਸਾ ਲਓ। ਯੂਨੀਵਰਸਿਟੀ ਦੀ ਜਿਹੜੀ ਟ੍ਰੇਨਿੰਗ ਲਗਾਉਂਦੀ ਉੱਥੇ ਹਿੱਸਾ ਲਿਓ ਤਾਂ ਜਾ ਕੇ ਫਿਰ ਤੁਸੀਂ ਕਰੋ। ਸਭ ਤੋਂ ਵੱਧ ਤੋਂ ਉਹਨਾਂ ਦਾ ਹੁੰਦਾ ਕਿ ਜਿਹੜਾ ਪਸ਼ੂ ਧਨ ਸਾਡੇ ਕੋਲ ਹੈਗਾ ਕਿ ਜਿਹੜਾ ਚੰਗੀ ਨਸਲ ਜਿਹੜੀ ਹੈ ਉਹਨਾਂ ਦੇ ਉੱਤੇ ਕਾਫੀ ਕਿਸਾਨਾਂ ਦਾ ਹੁੰਦਾ ਅਤੇ ਜਿਹੜੀ ਨਈ ਨਈ ਖੋਜਾਂ ਹੋਈਆਂ ਉਹਨਾਂ ਦੇ ਉੱਤੇ। ਸਰ ਗਰਮੀਆਂ ਦੇ ਵਿੱਚ ਲੱਗਦਾ ਕਿ ਜਿਸ ਤਰ੍ਹਾਂ ਜਿਹੜਾ ਹੁਣ ਡੈਰੀ ਫਾਰਮਿੰਗ ਦਾ ਧੰਦਾ ਵਾ ਉਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਫਾਇਦਾ ਲੈ ਸਕਦੇ ਨੇ ਕਿਸਾਨਾਂ ਨੂੰ, ਕਿਸ ਤਰ੍ਹਾਂ ਜਾਗਰੂਕ ਕੀਤਾ ਗਿਆ ਕਿਹੜੀ ਜਿਹੜੀਆਂ ਨਵੀਂ ਕੋਈ ਟੈਕਨੀਕ ਜਿਹੜੀਆਂ ਉਹਨਾਂ ਨੂੰ? ਦੇਖੋ, ਕੋਈ ਵੀ ਪਸ਼ੂ ਹੋਵੇ ਉਹ ਵਧੀਆ ਪਰਫਾਰਮੈਂਸ ਤਾਂ ਹੀ ਕਰੂਗਾ ਜੇ ਉਹ ਖੁਦ ਹੈਪੀ ਹੋਊਗਾ, ਉਹਦਾ ਵੈਲਫੇਅਰ, ਉਹਦੀ ਭਲਾਈ ਆਪਾਂ ਸੋਚਾਂਗੇ। ਤੋ ਉਹਦੇ ਲਈ ਤੁਸੀਂ ਉਹਦਾ ਰੱਖ ਰਖਾਵ ਜਿਹੜਾ ਕਰਨਾ ਹੈ, ਇੱਕ ਤੋਂ ਨਾ ਇਹ ਚੇਨ ਤੋਂ ਬੰਧਣਾ ਇਹ ਜਿਹੜਾ ਮਾੜੀ ਚੀਜ਼ ਹੈ ਜੀ, ਗਲੇ ਤੋਂ ਬੰਧਣਾ ਚਾਹੇ ਪੈਰ ਤੋਂ ਬੰਧਣਾ, ਉਹਨਾਂ ਨੂੰ ਓਪਨ ਰੱਖੋ ਅਤੇ ਉਹਨਾਂ ਦੇ ਲਈ ਇੱਕ ਬੜੀ ਨਿੱਕੀ ਜਿਹੀ ਚੀਜ਼ ਹੈਗੀ ਕਿ ਪਾਣੀ ਹੈ। ਪਾਣੀ ਤੁਸੀਂ ਇੱਕ ਵਾਰੀ ਦੋ ਵਾਰੀ ਦਿਨ 'ਚ ਦਿੰਦੇ ਹੋ, ਉਹਨਾਂ ਨੂੰ ਪਾਣੀ 24 ਘੰਟੇ ਉਪਲਬਧ ਹੋਣਾ ਚਾਹੀਦਾ, ਚੰਗਾ ਪਾਣੀ। ਅਤੇ ਫੀਡ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਕੋਸਟ ਉੱਥੇ ਆਉਂਦੀ ਹੈ, ਫੀਡ ਜਿਹੜਾ ਹੈ ਉਹ ਜਿਹੜਾ ਹੈ ਬੈਲੈਂਸਡ ਹੋਣਾ ਚਾਹੀਦਾ, ਅਦਰਵਾਈਜ਼ ਤੁਹਾਡੀ ਕੋਸਟ ਤਾਂ ਵੱਧਦੀ ਜਾਊਗੀ ਪਰ ਤੁਹਾਡਾ ਪ੍ਰੋਫਿਟ ਨਹੀਂ ਹੋਊਗਾ, ਡੰਗਰ ਆਪਣੀ ਜਿਹੜੀ ਉਹਦੀ ਕੈਪੈਸਿਟੀ ਹੈ ਉਹਦੇ ਹਿਸਾਬ ਤੋਂ ਪਰਫਾਰਮ ਨਹੀਂ ਕਰੇਗਾ। ਸਰ ਅੱਜ ਕੋਈ ਕਿਸਾਨ ਵੀ ਚੁਣੇ ਜਾਣਗੇ ਜਿਹੜੇ ਕਿਸਾਨ ਆਪਣੇ ਕੋਈ? ਉਹ ਚੁਣੇ ਗਏ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਆਪਣੇ ਕਿੱਤਾਂ 'ਚ ਮੁਰਗੀ ਪਾਲਣ 'ਚ, ਸੂਰਾਂ 'ਚ, ਹੋਰ ਡੇਅਰੀ 'ਚ ਕੀਤਾ ਹੈ ਚੰਗਾ ਕੰਮ, ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਊ CM ਅਵਾਰਡ ਤੋਂ। ਜਿਹੜਾ ਫੁੱਟਫਾਲ ਹੈ ਕਾਫੀ ਨੰਬਰ 'ਤੇ ਕਾਫੀ ਤਾਦਾਦ 'ਚ ਕਿਸਾਨ ਵੀ ਰਾਏ ਨੇ ਅਤੇ ਦੋਨੋਂ ਹਿੱਸਿਆਂ ਜਿਹੜੇ ਮੇਲੇ ਹੈ ਉਹਨਾਂ ਦੀ ਰੌਣਕ ਤੁਸੀਂ ਦੇਖ ਹੀ ਰਹੋ ਕਿ ਬੜੀ ਚੰਗੀ ਲੱਗੀ ਹੋਈ ਹੈ ਅਤੇ ਇਹਦੇ ਵਿੱਚ ਮੈਂ ਹੁਣੇ ਇੱਥੇ ਖੜਿਆ ਸੀ। ਲਿਟਰੇਚਰ ਵੀ ਬੜਾ ਜਿਹੜੀ ਕਿਤਾਬਾਂ ਰਿਸਾਲੇ ਜਿਹੜੇ ਬਣਾਏ ਹੋਏ ਹੈ ਉਹਨਾਂ ਦੀ ਕਾਫੀ ਵਿਕਰੀ ਹੋ ਗਈ। ਤੋ ਇਹ ਮੇਲਿਆਂ ਦੇ ਰਾਹੀਂ ਜਿਹੜੇ ਕਿਸਾਨ ਵੀਰ ਹੈ ਉਹ ਸਿੱਖਦੇ ਹੈ ਨਈ ਨਈ ਤਕਨੀਕ ਆਪਣੇ ਪਸ਼ੂ ਪਾਲਣ ਨੂੰ, ਖੇਤੀਬਾੜੀ ਨੂੰ ਕਿਵੇਂ ਉਹਨੂੰ ਲਾਹੇਵੰਦ ਬਣਾਉਣਾ ਹੈਗਾ ਅਤੇ ਇੱਥੇ ਗਿਆਨ ਲੈਣ ਆਉਂਦੇ ਨੇ ਅਤੇ ਗਿਆਨ ਲੈ ਕੇ ਜਾਂਦੇ ਨੇ। ਉਹਦੇ ਨਾਲ ਨਾ ਤਾਂ ਉਹਨਾਂ ਦਾ ਨੁਕਸਾਨ ਹੁੰਦਾ, ਜਿਹੜਾ ਨੁਕਸਾਨ ਹੋਣ ਵਾਲਾ ਹੁੰਦਾ ਉਹ ਬਚਾਓ ਕਰ ਸਕਦੇ ਨੇ ਅਤੇ ਉਹਨੂੰ ਹੋਰ ਲਾਹੇਵੰਦ ਬਣਾ ਸਕਦੇ। ਸਰ ਬਹੁਤ ਸਾਰੇ ਸਹਾਇਕ ਧੰਦੇ ਹੈਗੇ ਆ ਕਿਸਾਨੀ ਦੇ ਨਾਲ, ਜਿਹੜੇ ਕਿਸਾਨ ਕਰਦੇ ਨੇ ਆਪਣੀ ਆਮਦਨ ਕਮਾਉਂਦੇ ਨੇ, ਭਾਵੇਂ ਉਹ ਮੱਛੀ ਪਾਲਣ ਹੈ, ਝੀਂਗਾ ਪਾਲਣ ਹੈ, ਬਹੁਤ ਸਾਰੇ ਕਿੱਤੇ ਨੇ। ਤੋਂ ਲੱਗਦਾ ਵੀ ਇੱਥੋਂ ਕਿਸਾਨ ਜਾਣਕਾਰੀ ਲੈਣਗੇ ਅਤੇ ਇਸ ਬਾਰੇ ਹੋਰ ਅੱਗੇ। ਬਿਲਕੁਲ, ਜਾਣਕਾਰੀ ਦੇ ਬਿਨਾਂ ਤੋਂ ਕੋਈ ਵੀ ਕਿੱਤਾ ਤੁਸੀਂ ਕਰੋ ਤੁਸੀਂ ਫੇਲ ਹੋ। ਇਸ ਲਈ ਬੜਾ ਲੋੜਵੰਦ ਹੈ ਕਿ ਤੁਸੀਂ ਜਾਣਕਾਰੀ ਲਓ, ਮੇਲੇ 'ਚ ਆਓ, ਤੁਹਾਨੂੰ ਉਸ ਤੋਂ ਜਾਗਰੂਕਤਾ ਹੁੰਦੀ। ਜਾਣਕਾਰੀ ਇੰਨੀ ਨਹੀਂ ਮਿਲਦੀ ਮੇਲੇ 'ਚ, ਪਹਿਲਾਂ ਇੱਥੋਂ ਜਾਗਰੂਕਤਾ ਕਰਕੇ ਫਿਰ ਤੁਸੀਂ ਟ੍ਰੇਨਿੰਗ 'ਚ ਹਿੱਸਾ ਲਓ। ਯੂਨੀਵਰਸਿਟੀ ਦੀ ਜਿਹੜੀ ਟ੍ਰੇਨਿੰਗ ਲਗਾਉਂਦੀ ਉੱਥੇ ਹਿੱਸਾ ਲਿਓ ਤਾਂ ਜਾ ਕੇ ਫਿਰ ਤੁਸੀਂ ਕਰੋ। ਕੁਝ ਖਾਸ ਮੇਲੇ ਦੇ ਵਿੱਚ ਆਕਰਸ਼ਣ ਦਾ ਕੇਂਦਰ ਜਿਹੜਾ ਹੈਗਾ ਖਾਸ ਕਰਕੇ ਕਿਸਾਨਾਂ ਲਈ?
ਸਭ ਤੋਂ ਵੱਧ ਤੋਂ ਉਹਨਾਂ ਦਾ ਹੁੰਦਾ ਕਿ ਜਿਹੜਾ ਪਸ਼ੂ ਧਨ ਸਾਡੇ ਕੋਲ ਹੈਗਾ ਕਿ ਜਿਹੜਾ ਚੰਗੀ ਨਸਲ ਜਿਹੜੀ ਹੈ ਉਹਨਾਂ ਦੇ ਉੱਤੇ ਕਾਫੀ ਕਿਸਾਨਾਂ ਦਾ ਹੁੰਦਾ ਅਤੇ ਜਿਹੜੀ ਨਈਂ ਨਈਂ ਖੋਜਾਂ ਹੋਈਆਂ ਉਹਨਾਂ ਦੇ ਉੱਤੇ। ਸਰ ਗਰਮੀਆਂ ਦੇ ਵਿੱਚ ਲੱਗਦਾ ਕਿ ਜਿਸ ਤਰ੍ਹਾਂ ਜਿਹੜਾ ਹੁਣ ਡੈਰੀ ਫਾਰਮਿੰਗ ਦਾ ਧੰਦਾ ਵਾ ਉਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਫਾਇਦਾ ਲੈ ਸਕਦੇ ਨੇ ਕਿਸਾਨਾਂ ਨੂੰ, ਕਿਸ ਤਰ੍ਹਾਂ ਅੱਜ ਜਾਗਰੂਕ ਕੀਤਾ ਗਿਆ ਕਈ ਜਿਹੜੀਆਂ ਨਵੀਂ ਕੋਈ ਤਕਨੀਕ ਜਿਹੜੀਆਂ? ਦੇਖੋ ਕੋਈ ਵੀ ਪਸ਼ੂ ਹੋਵੇ ਉਹ ਵਧੀਆ ਪਰਫੋਰਮੈਂਸ ਤਾਂ ਹੀ ਕਰੂਗਾ ਜੇ ਉਹ ਖੁਦ ਹੈਪੀ ਹੋਊਗਾ, ਉਹਦਾ ਵੈਲਫੇਅਰ ਉਹਦੀ ਭਲਾਈ ਆਪਾਂ ਸੋਚਾਂਗੇ। ਤਾਂ ਉਹਦੇ ਲਈ ਤੁਸੀਂ ਉਹਦਾ ਰੱਖ ਰਖਾਓ ਜਿਹੜਾ ਕਰਨਾ ਹੈ, ਇੱਕ ਤੋਂ ਨਾ ਇਹ ਚੇਨ ਤੋਂ ਬੰਧਣਾ ਇਹ ਜਿਹੜਾ ਮਾੜੀ ਚੀਜ਼ ਹੈਗੀ, ਗਲੇ ਤੋਂ ਬੰਧਣਾ ਚਾਹੇ ਪੈਰ ਤੋਂ ਬੰਧਣਾ, ਉਹਨਾਂ ਨੂੰ ਓਪਨ ਰੱਖੋ ਅਤੇ ਉਹਨਾਂ ਦੇ ਲਈ ਇੱਕ ਬੜੀ ਨਿੱਕੀ ਜਿਹੀ ਚੀਜ਼ ਹੈਗੀ ਕਿ ਪਾਣੀ ਹੈ। ਪਾਣੀ ਤੁਸੀਂ ਇੱਕ ਵਾਰੀ ਦੋ ਵਾਰੀ ਦਿਨ 'ਚ ਦਿੰਦੇ ਹੋ, ਉਹਨਾਂ ਨੂੰ ਪਾਣੀ 24 ਘੰਟੇ ਉਪਲਬਧ ਹੋਣਾ ਚਾਹੀਦਾ, ਚੰਗਾ ਪਾਣੀ। ਅਤੇ ਫੀਡ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਕੋਸਟ ਉੱਥੇ ਆਉਂਦੀ ਹੈ, ਫੀਡ ਜਿਹੜਾ ਹੈ ਉਹ ਜਿਹੜਾ ਹੈ ਬੈਲੈਂਸਡ ਹੋਣਾ ਚਾਹੀਦਾ, ਅਦਰਵਾਈਜ਼ ਤੁਹਾਡੀ ਕੋਸਟ ਵੱਧਦੀ ਜਾਊਗੀ ਪਰ ਤੁਹਾਡਾ ਪ੍ਰੋਫਿਟ ਨਹੀਂ ਹੋਊਗਾ, ਡੰਗਰ ਆਪਣੀ ਜਿਹੜੀ ਉਹਦੀ ਕੈਪੈਸਿਟੀ ਹੈ ਉਹਦੇ ਹਿਸਾਬ ਤੋਂ ਪਰਫਾਰਮ ਨਹੀਂ ਕਰੂਗਾ। ਸਰ ਅੱਜ ਕੋਈ ਕਿਸਾਨ ਵੀ ਚੁਣੇ ਜਾਣਗੇ ਜਿਹੜੇ ਕਿਸਾਨ ਆਪਣੇ ਕੋਈ ਉਹ ਚੁਣੇ ਗਏ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਆਪਣੇ ਕਿੱਤਿਆਂ 'ਚ ਮੁਰਗੀ ਪਾਲਣ 'ਚ ਸੂਰਾਂ 'ਚ ਹੋਰ ਡੇਅਰੀ 'ਚ ਕੀਤਾ ਹੈ ਚੰਗਾ ਕੰਮ, ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਊ CM ਅਵਾਰਡ ਤੋਂ। ਥੈਂਕ ਯੂ।